ਉਦਾਹਰਣਾ ਉਦਾਹਰਣ 3 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਚੱਕਰ ਬਣਾਓ ਇਸ ਦੇ ਕੇਂਦਰ ਤੋਂ 7 ਸੈਂਟੀਮੀਟਰ ਦੀ ਦੂਰੀ ਤੇ ਇੱਕ ਬਾਹਰੀ ਬਿੰਦੂ ਤੋਂ ਚੱਕਰ ਦੇ ਸਪਰਸ਼ ਰੇਖਾ ਦਾ ਇੱਕ ਜੋੜਾ ਬਣਾਓ ਅਤੇ ਉਹਨਾਂ ਦੀਆਂ ਲੰਬਾਈਆਂ ਮਾਪੋ ਦਿੱਤਾ ਹੈ ਚੱਕਰ ਦਾ ਅਰਧ ਵਿਆਸ ਬਰਾਬਰ ਹੈ 3 ਸੈਂਟੀਮੀਟਰ OP ਬਰਾਬਰ 7 ਸੈਂਟੀਮੀਟਰ ਨਿਰਮਾਣ ਦੇ ਕਦਮ ਕੇਂਦਰ O ਨਾਲ 3 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਚੱਕਰ ਬਣਾਓ। ਕੇਂਦਰ O ਤੋਂ 7 ਸੈਂਟੀਮੀਟਰ ਦੀ ਦੂਰੀ ਤੇ ਇੱਕ ਬਿੰਦੂ P ਬਣਾਓ। OP ਦਾ ਲੰਬ ਰੂਪ ਦੁਭਾਜਕ ਪਣਾਓ। ਇਸ ਨੂੰ M ਤੇ OP ਨਾਲ ਜੋੜ ਦਿਓ। M ਨੂੰ ਕੇਂਦਰ ਅਤੇ MO ਨੂੰ ਅਰਧ ਵਿਆਸ ਵਜੋਂ ਲੈਂਦੇ ਹੋਏ ਇੱਕ ਹੋਰ ਚੱਕਰ ਬਣਾਓ। ਦੋਨਾਂ ਚੱਕਰਾਂ ਦੇ ਘਾਟ ਬਿੰਦੂ T ਅਤੇ T' ਲਾਓ। पी टी पी टी डैश मिलाओ यह लोड़ी स्पर्श रेखाव हैं स्पर्श रेखा की लंबाई पी टी बराबर छे दशमलव तीन सेंटीमीटर है